ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਉਹਨਾਂ ਨੇ ਕਹਿਤਾ ਵੀ ਫੈਕਟਰੀ ਬੰਦ, ਗਲੇ ਦੀਆਂ ਸਹੁੰਆਂ ਤਿੱਕਰ ਵੀ ਖਾਧੀਆਂ, ਪਰ ਅੱਜ ਤੱਕ ਫੈਕਟਰੀ ਲਿਖਤੀ ਰੂਪ ਦੇ ਵਿੱਚ ਬੰਦ ਨਹੀਂ ਕੀਤੀ। ਉਹਦਾ ਸਭ ਤੋਂ ਵੱਡਾ ਕਾਰਨ ਸਾਨੂੰ ਇਹ ਲੱਗਦਾ ਵੀ ਜਿਹੜਾ ਦਿੱਲੀ ਦੇ ਵਿੱਚ ਨਿਊ ਐਕਸਾਈਜ਼ ਪਾਲਿਸੀ ਹੋਈ ਸੀਗੀ, ਗਬਨ ਹੋਇਆ ਸੀ, ਘਟਾਲਾ ਹੋਇਆ ਸੀ, ਉਹ 'ਚ ਦੀਪ ਮਲਹੋਤਰੇ ਦਾ ਮੁੰਡਾ ਗੌਰਵ ਮਲਹੋਤਰਾ ਮਨੀਸ਼ ਸਿਸੋਦੀਆ ਦੇ ਨਾਲ ਜੇਲ੍ਹ ਵਿੱਚ ਸੀ ਅਤੇ ਹੁਣ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਜੇਲ੍ਹ ਦੇ ਵਿੱਚ ਆ, ਉਸੇ ਹੀ ਕੇਸ ਵਿੱਚ ਉਹੀ ਦੀਪ ਮਲਹੋਤਰਾ ਜੀ, ਉਹੀ ਦੀਪ ਮਲਹੋਤਰਾ, ਕਿਉਂਕਿ ਦੀਪ ਮਲਹੋਤਰੇ ਨੂੰ 70% ਠੇਕੇ ਜਿਹੜੇ ਕਿ ਦਿੱਲੀ ਦੇ ਵਿੱਚ ਦਿੱਤੇ ਗਏ ਸੀਗੇ, ਜਿਹੜਾ ਕਿ ਆਪਣੇ ਪੰਜਾਬ ਦਾ ਜੰਤਰ ਤੰਤਰ ਵਰਤ ਕੇ ਇਹਨਾਂ ਨੇ ਉਹ ਘੁਟਾਲਾ ਕੀਤਾ, ਤੇ ਉਹਦੀ ਜਿਹੜੀ ਸ਼ਰਾਬ ਘੁਟਾਲਾ ਦਿੱਲੀ ਦੇ ਵਿੱਚ ਹੋਇਆ, ਉਹੀ ਚੀਜ਼ ਆਪਣੇ ਪੰਜਾਬ ਵਿੱਚ ਵੀ ਹੋਈ ਆ, ਤੇ ਪੰਜਾਬ ਦੇ ਜਿਹੜੇ ਮੌਕੇ ਦੀ ਸਰਕਾਰ ਹੈ ਇਹਦੇ ਵੀ ਵੱਡੇ ਨੇਤਾ ਇਹ ਘੁਟਾਲੇ ਦੇ ਵਿੱਚ ਅੰਦਰ ਜਾਣਗੇ। ਤੇ ਇੱਕ ਨਵੀਂ ਗੱਲ ਮੈਂ ਤੁਹਾਨੂੰ ਦੱਸਦਾ ਬਾਈ ਜੀ, ਕੱਲ ਈਡੀ ਦੀ ਰੇਡ ਪਈ ਆ, ਸੋਸ਼ਲ ਮੀਡੀਆ ਤੇ ਬੜੀ ਇਹ ਗੱਲ ਸਾਰੇ ਪੰਜਾਬ 'ਚ ਗੱਲ ਫੇਰ ਖਬਰ ਲੱਗੀ ਆ ਕਿ ਦੀਪ ਮਲਹੋਤਰੇ ਦੇ 7 ਟਿਕਾਣਿਆਂ ਤੇ ਕੱਲ ਰੇਡ ਪਈ ਆ, ਮੱਧ ਪ੍ਰਦੇਸ਼ ਦੇ ਵਿੱਚ, ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਦੀਪ ਮਲਹੋਤਰੇ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਘਰਾਂ ਵਿੱਚ ਵੀ ਰੇਡ ਪਈ ਆ, ਜਿੱਥੋਂ ਤੱਕ ਵੀ ਕੁਛ ਪੈਸਿਆਂ ਦੀ ਰਿਕਵਰੀ ਵੀ ਹੋਈ ਆ ਸਾਨੂੰ ਪਤਾ ਲੱਗਾ। ਤੇ ਕੱਲ ਇਹਨਾਂ ਨੇ ਜਿਹੜੀ ਕਿ ਜੀਰਾ ਸ਼ਰਾਬ ਫੈਕਟਰੀ ਦੇ ਵਿੱਚ ਸਵੇਰ 6 ਵਜੇ ਤੋਂ ਰੇਡ ਹੋਣ ਲੱਗੀ ਸੀ, ਸ਼ਾਮ ਨੂੰ 8 ਵਜੇ ਰਾਤ ਨੂੰ ਉਹ ਰੇਡ ਖਤਮ ਹੋਈ ਆ, ਤੇ ਜਿਹਦੇ ਵਿੱਚ ਇਹ CPU ਵੀ ਲੈ ਕੇ ਗਏ ਆ ਤੇ ਹੋਰ ਵੀ ਰਿਕਾਰਡ ਲੈ ਕੇ ਗਏ ਆ। ਜਿੱਥੋਂ ਤੱਕ ਸਾਡੀ ਅਧਿਕਾਰੀਆਂ ਨਾਲ ਗੱਲ ਹੋਈ ਸੀ, ਅਧਿਕਾਰੀਆਂ ਦੇ ਕਹਿਣ ਦੇ ਮੁਤਾਬਕ ਜਿਹੜੀ ਇਹ ਰੇਡ ਆ ਇਹ ਈਡੀ ਰੇਡ ਨੇ ਤਾਂ ਕੀਤੀ, ਈਡੀ ਨੇ ਰੇਡ ਵੀ ਜਿਹੜੀ ਇਹਨਾਂ ਨੇ ਪ੍ਰਦੂਸ਼ਣ ਕੀਤਾ ਇਹਨਾਂ ਨੇ, ਜਿਹੜਾ ਆਪਣਾ ਮੋਰਚਾ ਚੱਲ ਰਿਹਾ ਜਾਂ ਪ੍ਰਦੂਸ਼ਣ ਕੀਤਾ, ਜੇ ਇਹ ਦੋਸ਼ੀ ਪਾਏ ਗਏ ਆ ਤਾਂ ਹੀ ਇਹ ਰੇਡ ਹੋਈ ਆ। ਕਿਉਂਕਿ ਅੱਜ ਮੈਂ ਤੁਹਾਨੂੰ ਪੰਜਾਬ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ, ਕੋਈ ਵੀ ਇੰਡਸਟਰੀ ਜੇ ਪ੍ਰਦੂਸ਼ਣ ਕਰਦੀ ਤਾਂ ਉੱਥੇ ਈਡੀ ਵੀ ਰੇਡ ਕਰ ਸਕਦੀ ਹੈ, ਸਾਨੂੰ ਵੀ ਇਹ ਗੱਲ ਦਾ ਕੱਲ੍ਹ ਪਤਾ ਲੱਗਾ। ਤੇ ਈਡੀ ਨੇ ਇਹਨਾਂ ਨੂੰ, ਇਹਨਾਂ ਦੇ ਅਧਿਕਾਰੀ ਉੱਥੇ ਪਹੁੰਚੇ ਨਹੀਂ ਗਏ, ਤੇ ਸ਼ਾਇਦ ਬੜੀ ਸਖ਼ਤ ਰੇਡ ਹੋਈ ਆ, ਵੇਖੋ ਕੀ ਬਣਦਾ। ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ, ਮੁੱਖ ਮੰਤਰੀ ਸਾਹਿਬ ਹੁਣ ਤਾਂ 2 ਸਾਲ ਰਹਿ ਗਏ ਤੁਹਾਡੇ, ਆ 24 ਵੀ ਗਿਆ, 25 ਤੇ 26 ਤੇ 27 ਚ ਵੋਟਾਂ, ਜੇ ਤੁਸੀਂ ਪੰਜਾਬ ਦੇ ਹੱਕ ਵਿੱਚ ਗੱਲ ਕਰਦੇ ਹੋ, ਕੱਲੇ ਗਲੇ ਦੀਆਂ ਸੋਹਾਂ ਨਾਲ ਨਹੀਂ ਸਰਨਾ, ਕੱਲੇ ਤੁਹਾਡੇ ਲਾਰਿਆਂ ਨਾਲ ਨਹੀਂ ਸਰਨਾ, ਕੱਲੇ ਤੁਹਾਡੇ ਜਿਹੜੇ ਲੋਲੀਪੌਪ ਦੇ ਰਹੇ ਹੋ ਉਹਨਾਂ ਨੇ ਨਹੀਂ ਸਰਨਾ, ਤੁਹਾਨੂੰ ਲਿਖਤੀ ਰੂਪ ਦੇ ਵਿੱਚ ਫੈਕਟਰੀ ਬੰਦ ਕਰਨੀ ਪਊਗੀ, ਤੁਹਾਨੂੰ ਲਿਖਤੀ ਰੂਪ ਦੇ ਵਿੱਚ ਫੈਕਟਰੀ ਨੂੰ ਰਿਟਨ ਜਿੰਦਾ ਲਾਉਣਾ ਪਊਗਾ, ਸੀਲ ਕਰਨਾ ਪਊਗਾ। ਕਿਉਂਕਿ ਇਹ ਦੀਪ ਮਲਹੋਤਰਾ ਉਹੀ ਆ ਜਿਹਨੇ ਕਿ ਪੂਰੇ ਪੰਜਾਬ ਦੀ ਸੱਤਾ ਦਾ ਨਿੱਘ ਮੰਨਿਆ ਹੋਇਆ, ਇਹ ਵੀ ਮੈਂ MLA ਰਿਹਾ, ਇਹ ਵੀ ਤੁਹਾਡੇ ਕੇਜਰੀਵਾਲ ਦੇ ਨਾਲ ਸਾਂਝਦਾਰੀ ਰਹੀ, ਇਹਦੀ ਵੀ ਮਨੀਸ਼ ਸੋਦੀਆ ਨਾਲ ਸਾਂਝਦਾਰੀ ਰਹੀ ਆ। ਇਹ ਦਿੱਲੀ ਧੜੇ ਤੋਂ ਸਰਕਾਰ ਨਹੀਂ ਚੱਲਣ ਦੇਵਾਂਗੇ ਜੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਆਪਣੇ ਹੱਕਾਂ ਹਕੂਕਾਂ ਦੀ ਗੱਲ ਕਰਦਾ, ਤੇ ਪੰਜਾਬ ਨਾਲ ਖੜੇ, ਇਹਨੂੰ ਲਿਖਤੀ ਰੂਪ ਦੇ ਵਿੱਚ ਫੈਕਟਰੀ ਨੂੰ ਬੰਦ ਕਰੇ। ਇਹਨਾਂ ਨੇ ਬਹੁਤ ਜ਼ੋਰ ਲਾਇਆ ਮੋਰਚਾ ਚੁਕਾਉਣ ਵਾਸਤੇ, ਬਹੁਤ ਘੜਨਾ ਘੜੀਆਂ ਇਹਨਾਂ ਨੇ ਵੀ ਤੁਸੀਂ ਕਿਤੇ ਕਹਿੰਦੇ 300 ਮੀਟਰ ਪਿੱਛੇ ਕਰ ਲਓ, ਕਿਤੇ ਕਹਿੰਦੇ ਤੁਸੀਂ ਐਂ ਕਰ ਲਓ, ਪਿੱਛੇ ਚੱਲੀਆਂ ਵੀ ਉਹਨੂੰ ਬੜੀ ਵੱਡੀ ਰਾਹਤ ਮਿਲੀ ਫੈਕਟਰੀ ਮਾਲਕ ਨੂੰ, ਫੈਕਟਰੀ ਚਲਾਉਣ ਦਾ ਹਾਈਕੋਰਟ ਨੇ ਦਿੱਤਾ ਫੈਸਲਾ, ਅਖਬਾਰਾਂ ਦੀਆਂ ਸੁਰਖੀਆਂ ਤੇ ਗੱਲ ਚੱਲੀ, ਲੋਕਾਂ 'ਚ ਵੀ ਇਹ ਗੱਲ ਗਈ ਵੀ ਯਾਰ ਸਾਂਝਾ ਮੋਰਚਾ ਠੰਡਾ ਪੈ ਗਿਆ। ਨਹੀਂ ਬਈ, ਇੱਕ ਦੇਖੋ ਜੀ, ਜਿਹੜੇ ਰਹੀ ਗੱਲ ਹਾਈਕੋਰਟ ਦੀ, ਰਾਹਤ ਮਿਲੀ ਸੀ? ਨਹੀਂ, ਰਾਹਤ ਨਹੀਂ ਮਿਲੀ ਜੀ। ਜਦੋਂ ਹਾਈਕੋਰਟ ਦੇ ਜਿਹੜੀ ਤਰੀਕ ਆ ਉਹ 28/8 ਆ, ਅੱਗੇ ਤਰੀਕ ਆ ਜੀ, ਜਦੋਂ ਫੈਕਟਰੀ ਕ੍ਰਿਮੀਨਲ ਪਾਈ ਗਈ, ਫੈਕਟਰੀ ਦੇ ਉੱਤੇ ਫੌਜਦਾਰੀ ਕੇਸ ਹੋ ਗਿਆ, ਫੈਕਟਰੀ ਫਿਰੋਜ਼ਪੁਰ ਦੇ ਵਿੱਚ ਕੇਸ ਹੋ ਰਿਹਾ, ਉਹਦੇ ਵਿੱਚ 31 ਸੰਮਨ ਹੋ ਗਏ ਆ ਦੀਪ ਮਲਹੋਤਰੇ ਨੂੰ, ਇਹਨਾਂ ਨੂੰ, ਫੈਕਟਰੀ ਨੂੰ, ਇੰਡਸਟਰੀ ਨੂੰ, ਪਰ ਇਹਨਾਂ ਨੇ ਇੱਕ ਵੀ ਸੰਮਨ ਰਿਸੀਵ ਨਹੀਂ ਕੀਤਾ। ਕਿਵੇਂ ਇਹਨਾਂ ਨੂੰ ਰਾਹਤ ਮਿਲ ਗਈ? NGT ਦੇ ਵਿੱਚ ਕੇਸ ਚੱਲ ਰਿਹਾ, ਉੱਥੇ ਫੁੱਲ ਆਰਗੂਮੈਂਟ ਹੋ ਰਹੀ ਆ, ਪੰਜਾਬ ਸਰਕਾਰ ਨੇ ਵੀ ਆਪਣਾ ਪੱਖ ਰੱਖ ਦਿੱਤਾ ਜੀ ਉੱਥੇ।